ਸਤਿ ਸ਼੍ਰੀ ਅਕਾਲ ਮੇਰੇ ਪਿਆਰੇ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਦੀਪ ਜੋਬ ਪੋਰਟਲ ਤੇ ਤੇ ਪਿਆਰੀ ਦੋਸਤੋ ਇਸ ਵੀਡੀਓ ਦੇ ਵਿੱਚ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ਕਨਸਟੇਬਲ ਦੇ ਰਿਜ਼ਲਟ ਨੂੰ ਲੈ ਕੇ ਜਿਹੜਾ ਅਪਡੇਟ ਜਾਰੀ ਹੋ ਰਿਹਾ ਸੋਸ਼ਲ ਮੀਡੀਆ ਤੇ ਕੱਲ ਸ਼ਾਮ ਦਾ ਜਿਹੜਾ ਵਾਇਰਲ ਹੋ ਰਿਹਾ ਉਹਦੇ ਰਿਗਾਰਡਿੰਗ ਗੱਲ ਕਰਾਂਗੇ ਕਿ ਉਹ ਫੇਕ ਆ ਯਾ ਰੀਅਲ ਆ ਠੀਕ ਹੈ ਤੁਹਾਨੂੰ ਸਾਰਾ ਕੁਝ ਆਪਾਂ ਕਰਕੇ ਦਿਖਾਵਾਂਗੇ ਇਸ ਵੀਡੀਓ ਵਿੱਚ ਪੂਰੀ ਤੁਹਾਡੀ ਮਤਲਬ ਅਥੈਂਟੀਕੇਸ਼ਨ ਦਵਾਂਗੇ ਤੁਹਾਨੂੰ ਸੋ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਇਸ ਤੋਂ ਪਹਿਲਾਂ ਜਿਹੜੇ ਵੀਰਪਰਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਸ ਠੀਕ ਹੈ ਤੁਹਾਡਾ ਆਪਣਾ ਚੈਨਲ ਹੈ ਇੱਥੇ 100% ਅਪਡੇਟ ਤੁਹਾਨੂੰ ਦਿੱਤੇ ਜਾਂਦੇ ਨੇ ਸੋ ਗੱਲ ਕਰਦੇ ਹਾਂ ਹੁਣ ਦੋਸਤੋ ਪੁਆਇੰਟ ਤੇ ਆਉਂਦੇ ਆ ਆਹ ਜਿਹੜਾ ਤੁਸੀਂ ਦੇਖ ਰਹੇ ਹੋ ਇੰਟਰਫੇਸ ਔਫੀਸ਼ੀਅਲ ਵੈਬਸਾਈਟ ਹੈ ਪੰਜਾਬ ਪੁਲਿਸ ਕਨਸਟੇਬਲ ਦੀ ਠੀਕ ਹੈ ਜਾਨੀ ਕਿ ਪੰਜਾਬ ਪੁਲਿਸ ਦੀ ਔਫੀਸ਼ੀਅਲ ਵੈਬਸਾਈਟ ਹੈ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਰਿਕਰੂਟਮੈਂਟ ਆਫ ਦੀ ਟੂ ਦੀ ਪੋਸਟ ਆਫ ਕਨਸਟੇਬਲ ਇੱਥੇ ਕਲਿੱਕ ਕਰੋਗੇ ਜਦੋਂ ਤੁਹਾਡੇ ਸਾਹਮਣੇ ਕੁਝ ਇਸ ਤਰ੍ਹਾਂ ਦਾ ਜਿਹੜਾ ਇੰਟਰਫੇਸ ਖੁੱਲ ਜਾਊਗਾ ਤੁਸੀਂ ਦੇਖ ਸਕਦੇ ਹੋ ਇੱਥੇ ਕਿਤੇ ਵੀ ਜਿਹੜਾ ਨਜ਼ਰ ਨਹੀਂ ਆ ਰਿਹਾ ਵੀ ਰਿਜ਼ਲਟ ਜਿਹੜਾ ਉਹ 12 ਤਰੀਕ ਨੂੰ ਜਾਨੀ ਕਿ ਅੱਜ ਆ ਰਿਹਾ ਠੀਕ ਹੈ ਇੱਕ ਜਿਹੜਾ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਉਹ ਵੀ ਤੁਹਾਨੂੰ ਦਿਖਾਵਾਂਗੇ ਠੀਕ ਆ ਉਹਦੇ ਵਿੱਚ ਆ ਰਿਹਾ ਕਿ ਜਿਹੜਾ ਰਿਜ਼ਲਟ ਹੈ ਉਹ ਇੱਥੇ ਬਲਿੰਕ ਹੋਇਆ ਜਿਵੇਂ ਆ ਲਿਖਿਆ ਹੋਇਆ ਹੈ ਨਾ ਕੋਰੀਜੰਡਮ ਟੂ ਐਡਵਰਟਾਈਜ਼ਮੈਂਟ ਇਦਾਂ ਦਾ ਹੀ ਇੱਥੇ ਇੱਕ ਲਿੰਕ ਬਲਿੰਕ ਕੀਤਾ ਗਿਆ ਠੀਕ ਆ ਜਿਹੜੇ ਵਿੱਚ ਦੱਸਿਆ ਗਿਆ ਕਿ ਜਿਹੜਾ ਰਿਜ਼ਲਟ ਅੱਜ ਆ ਰਿਹਾ 12 ਤਰੀਕ ਨੂੰ ਸੋ ਦੋਸਤੋ ਇਹ ਜਿਹੜਾ ਫੇਕ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਹੈ 100% ਫੇਕ ਹੈ ਇਸ ਤੇ ਵਿਸ਼ਵਾਸ ਨਾ ਕੀਤਾ ਜਾਵੇ। ਇਹ ਕਿਵੇਂ ਕੀਤਾ ਗਿਆ ਸ਼ਰਾਰਤੀ ਅਨਸਰਾਂ ਦੁਆਰਾ ਇਹ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਤੁਹਾਨੂੰ ਦਿਖਾਉਨੇ ਆਪਾਂ। ਇਹ ਪਿਆਰੇ ਦੋਸਤੋ ਤੁਸੀਂ ਦੇਖੋ ਜਿਹੜਾ ਇਹਨੂੰ ਸਿਲੈਕਟ ਕਰਕੇ ਨਾ ਰਾਈਟ ਕਲਿਕ ਕਰਕੇ ਇਨਸਪੈਕਟ ਤੇ ਕਲਿਕ ਕਰਕੇ ਆਹ ਖੁੱਲ ਜਾਂਦਾ ਹੁੰਦਾ ਨੀਚੇ ਇਸ ਤਰ੍ਹਾਂ ਦਾ ਕੁਛ। ਠੀਕ ਹੈ ਇਹਦੇ ਵਿੱਚ ਜਿੱਥੇ ਇੱਥੇ ਕੋਰਡੀਨਮ ਲਿਖਿਆ ਆਇਆ ਸੀਗਾ ਉਹਨੂੰ ਸਾਰੇ ਨੂੰ ਮਟੇ ਕੇ ਤੁਸੀਂ ਕੁਝ ਮਰਜ਼ੀ ਟਾਈਪ ਕਰ ਦਿਓ ਉਹੀ ਬਲਿੰਕ ਹੋਣ ਲੱਗ ਜੂਗਾ ਜਿਵੇਂ ਤੁਸੀਂ ਦੇਖੋ ਆਪਾਂ ਆ ਟਾਈਪ ਕਰਤਾ। ਠੀਕ ਹੈ। ਹੁਣ ਤੁਸੀਂ ਦੇਖੋ ਵੈਬਸਾਈਟ ਦੇ ਉੱਪਰ ਕੀ ਸ਼ੋ ਹੋਣ ਲੱਗ ਜੂਗਾ ਆ ਦੇਖੋ ਦੋਸਤੋ ਐਮਏ ਦੇ ਜਿਹੜੇ ਅਪਡੇਟ ਵਾਇਰਲ ਹੁੰਦੇ ਨੇ ਇਹਨਾਂ ਤੋਂ ਤੁਸੀਂ ਖਾਸ ਕਰ ਦੂਰ ਰਹੋ ਕਿਉਂਕਿ ਇਹ ਕੀ ਹੁੰਦਾ ਜਿਹੜੇ ਸ਼ਰਾਰਤੀ ਅਨਸਰ ਨੇ ਸ਼ਰਾਰਤੀ ਅਨਸਰ ਮੀਨਸ ਕੀ ਜਿਹੜੇ ਨਹੀਂ ਚਾਹੁੰਦੇ ਇਹ ਮਤਲਬ ਇਹੇ ਭਰਤੀ ਅੰਦ ਕਰਾਉਣਾ ਚਾਹੁੰਦੇ ਨੇ ਜਿਹੜੇ ਬੰਦੇ ਠੀਕ ਆ ਹੁੰਦੇ ਨੇ ਵਿੱਚ ਸ਼ਰਾਰਤੀ ਹੈ ਨਾ ਆਪਾਂ ਸਭ ਨੂੰ ਪਤਾ ਕਿ ਦੁਨੀਆ ਤੇ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਨੇ ਤੇ ਉਹਨਾਂ ਦੁਆਰਾ ਇਹ ਉਹਨਾਂ ਦੁਆਰਾ ਅਫਵਾਹਾਂ ਉਡਾਈਆਂ ਜਾਂਦੀਆਂ ਨੇ ਆਪਾਂ ਸਾਰਿਆਂ ਦਾ ਧਿਆਨ ਭਟਕਾਉਣ ਲਈ ਕਿਉਂਕਿ ਤੁਸੀਂ ਮੰਨ ਕੇ ਚੱਲੋ ਜੇ ਐਦਾਂ ਦੀ ਅਫਵਾਹ ਨਾਲ 2-3000 ਬੱਚਾਂ 'ਚ ਵੀ ਫਰਕ ਪੈ ਗਿਆ ਮਤਲਬ 2-3000 ਬੱਚੇ ਡੀਮੋਟੀਵੇਟਿਵ ਹੋ ਗਏ ਤਾਂ ਕਿੱਡਾ ਫਾਇਦਾ ਹੋਊਗਾ ਜੇ ਉਹ 1000 ਬੱਚਾਂ ਦੇ ਵਿੱਚੋਂ ਸਾਰੇ ਬੱਚੇ ਮਤਲਬ ਵਧੀਆ ਮਾਰਕਸ ਵਾਲੇ ਹੋਏ ਤਾਂ ਕਿੰਨਾ ਜ਼ਿਆਦਾ ਇਹਨਾਂ ਨੂੰ ਫਾਇਦਾ ਹੋ ਸਕਦਾ ਸੋ ਤੁਸੀਂ ਸੋਚ ਕੇ ਚੱਲੋ ਇਹਨਾਂ ਦਾ ਜਿਹੜਾ ਮੋਟਿਵ ਹੁੰਦਾ ਇਸ ਤਰ੍ਹਾਂ ਦੀ ਵਹਾੜਾਉਣ ਦਾ ਉਹ ਵੱਖਰੀ ਲੈਵਲ ਤੇ ਹੁੰਦਾ ਸੋ ਆਪਾਂ ਨੂੰ ਲੋੜ ਹੈ ਇਸ ਚੀਜ਼ ਤੋਂ ਦੂਰ ਰਹਿਣ ਦੀ ਠੀਕ ਹੈ ਬਾਕੀ ਮੇਰਾ ਇਹ ਮਕਸਦ ਤਾਂ ਸੀਗਾ ਮੈਂ ਤੁਹਾਨੂੰ ਸਾਰਿਆਂ ਨੂੰ ਅਗਾਹ ਕਰ ਸਕਾਂ ਠੀਕ ਹੈ ਤੁਸੀਂ ਮੇਰੇ ਸਾਰੇ ਵੀਰਪਰਾਂ ਮੇਰੇ ਚੈਨਲ ਤੇ ਜੁੜੇ ਹੋ ਹੋ ਮੇਰਾ ਹੱਕ ਬਣਦਾ ਤੁਹਾਡੇ ਨਾਲ ਲੱਗੇ 100% অথেন্টিਕੇਟੀ ਲੈ ਕੇ ਆਉਣਾ ਦਾ ਠੀਕ ਹੈ ਬਾਕੀ ਦੋਸਤੋ ਮੈਂ ਇਸ ਚੈਨਲ ਦੇ ਉੱਪਰ ਅਪਡੇਟਸ ਲੈ ਕੇ ਆਉਂਦਾ ਰਹਿਣਾ ਜਿਹੜੇ 100% অথেন্টিਕੇਟ ਹੁੰਦੇ ਨੇ ਤੁਹਾਡੇ ਤੇ ਤੁਹਾਡੇ ਲਈ ਬਹੁਤ ਵਧੀਆ ਹੁੰਦੇ ਨੇ ਤੇ ਬਾਕੀ ਕਈ ਵੀਰਪਰਾ ਜਿਵੇਂ ਹੁਣ ਤੁਸੀਂ ਕਮੈਂਟ ਕਰਦੇ ਹੋ ਕਿ ਸਾਨੂੰ ਇਸ ਰਿਲੇਟਡ ਵੀਡੀਓ ਚਾਹੀਦੀ ਹੈ ਇਸ ਰਿਲੇਟਡ ਵੀਡੀਓ ਚਾਹੀਦੀ ਤਾਂ ਮੈਂ ਨਾਲ ਦੀ ਨਾਲ ਉਸੇ ਰਿਲੇਟਡ ਤੁਹਾਡੇ ਲਈ ਲੈ ਕੇ ਆਉਣਾ ਬਾਕੀ ਜੇ ਕਿਸੇ ਵੀਰਪਰਾ ਦੀ ਕੋਈ ਕੁਰੀਜ਼ ਹੁੰਦੀ ਹੈ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਪਰ ਆਈਡੀ ਨੀਚੇ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕੀਤੀ ਹੋਈ ਹੈ ਉੱਥੇ ਤੁਸੀਂ ਮੈਨੂੰ ਆਪਣਾ ਲਿੰਕ ਤੇ ਜਾ ਕੇ ਤੁਸੀਂ ਮੈਨੂੰ ਇੰਸਟਾਗ੍ਰam ਦੇ ਉੱਪਰ ਮੇਥੋਂ ਕੋਈ ਵੀ ਮੇਰੇ ਨਾਲ ਗੱਲ ਸ਼ੇਅਰ ਕਰ ਸਕਦੇ ਹੋ ਠੀਕ ਹੈ ਤੇ ਆਪਣੀ رائے ਮੈਨੂੰ ਦੱਸ ਸਕਦੇ ਹੋ ਠੀਕ ਹੈ ਤੇ ਬਾਕੀ ਦੋਸਤੋ ਜਦੋਂ ਵੀ ਕਦੇ ਵੀ ਕੋਈ ਅਪਡੇਟ ਆਉਂਦਾ ਪਹਿਲੀ ਗੱਲ ਤਾਂ ਯਾਰ ਜੇ ਦੇਖਿਆ ਜਾਵੇ ਡਿਪਾਰਟਮੈਂਟ ਵੱਲੋਂ ਬਹੁਤ ਵੱਡਾ ਇਹ ਬੱਚਿਆਂ ਨਾਲ ਜ਼ੁਲਮ ਕੀਤਾ ਜਾ ਰਿਹਾ ਹੈ ਜ਼ੁਲਮ ਹੀ ਕਹਿ ਸਕਾਂਗੇ ਆਪਾਂ ਕਿਉਂਕਿ ਤੁਸੀਂ ਆਪ ਮੰਨ ਕੇ ਚੱਲੋ ਅੱਜ 12 ਨਵੰਬਰ ਹੋ ਗਈ ਮਹੀਨਾ ਕਿੰਨਾ ਕੁ ਟਾਈਮ ਰਹਿ ਗਿਆ ਠੀਕ ਹੈ ਦਸੰਬਰ 22 ਦਸੰਬਰ ਤੋਂ ਕੋਡ ਆਫ ਕੰਡਕਟ ਲੱਗ ਜਾਣਾ ਠੀਕ ਹੈ ਫਿਰ ਉਸ ਤੋਂ ਬਾਅਦ ਫਿਰ ਜਨਵਰੀ ਫਰਵਰੀ ਚ ਚੋਂਣ ਜਾਉਤਾ ਠੀਕ ਹੈ ਤੇ ਇਹ ਸਾਰੀਆਂ ਪ੍ਰੋਸੈਸ ਨੂੰ ਦੇਖਦੇ ਹੋਏ ਲੱਗਦਾ ਕਿਤੇ ਵੀ ਆਪਾਂ ਨੂੰ ਇਹ ਸਾਰੀਆਂ ਰੀਕੰਡਕਟ ਕਰਵਾ ਲੈਣਗੇ ਹਾਲਾਂਕਿ ਸਬ ਇਨਸਪੈਕਟਰ ਦਾ ਇੰਟੈਲੀਜੈਂਸ ਦਾ ਪੇਪਰ ਠੀਕ ਹੈ ਉਹ ਬਿਲਕੁਲ ਵਿਚਾਲੇ ਪਏ ਨੇ ਉਹਨਾਂ ਦਾ ਹਜੇ ਕੋਈ ਸ਼ਡਿਊਲ ਨਹੀਂ ਅਨਾਉਂਸ ਹੋਇਆ ਵੀ ਕਦੋਂ ਪੇਪਰ ਦੁਬਾਰਾ ਹੋਣਾ ਈਵਨ ਕਿ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਉਹ ਦੁਬਾਰਾ ਹੋਊਗਾ ਜਾਂ ਨਹੀਂ ਹੋਊਗਾ ਬਾਕੀ ਸਿਵਿਲੀਅਨ ਸਟਾਫ ਦਾ ਵਿਚਾਲੇ ਲਟਕੀ ਜਾਂਦਾ ਕੰਮ ਠੀਕ ਹੈ ਉਸ ਤੋਂ ਬਾਅਦ ਜਿਹੜੇ ਆਈਟੀ ਟੈਕਨੀਕਲ ਵਾਲਿਆਂ ਦੀ ਕੰਪਿਊਟਰ ਵਾਲਿਆਂ ਦੀ ਪੋਸਟਾਂ ਸੀਗੀਆਂ ਉਹਦਾ ਵੀ ਕੁਝ ਨਹੀਂ ਪਤਾ ਲੱਗ ਰਿਹਾ ਉਹ ਵੀ ਪੇਪਰ ਪੋਸਟਪੋਨ ਹੋਇਆ ਹੋਇਆ ਉਹਦੀ ਇੱਕ ਵਾਰ ਡੇਟਸ ਜਾਰੀ ਕਰਤੀਆਂ ਸੀ ਇਹਨਾਂ ਨੇ ਪਿਛਲੇ ਮਹੀਨੇ 26 ਤੋਂ ਉਹਦਾ ਵੀ ਨਹੀਂ ਠੀਕ ਹੈ ਆਪਾਂ ਅੱਜ ਅੱਜ ਦਾ ਦਿਨ ਵੇਟ ਕਰ ਲਏ ਨੇ ਜੇ ਅੱਜ ਵੀ ਨਹੀਂ ਕੁਝ ਪੋਸਟ ਹੋਇਆ ਤਾਂ ਆਪਾਂ ਇੱਕ ਪ੍ਰੋਟੈਸਟ ਕਰਾਂਗੇ ਠੀਕ ਹੈ ਟਵਿੱਟਰ ਦੇ ਉੱਪਰ ਤੇ ਸੋਸ਼ਲ ਮੀਡੀਆ ਦੇ ਉੱਪਰ ਤਾਂ ਕਿ ਇਹ ਚੀਜ਼ ਸਰਕਾਰ ਤੱਕ ਪਹੁੰਚ ਪਹੁੰਚ ਜੇ ਕਿਉਂਕਿ ਏਦੋਂ ਪਹਿਲਾਂ ਜਿਵੇਂ ਹੁਣ ਇੱਕ ਡੋਮਿਸਾਈਲ ਵਾਲਾ ਮੁੱਦਾ ਸਰਕਾਰ ਤੱਕ ਪਹੁੰਚ ਗਿਆ ਆਪਾਂ ਨੇ ਪ੍ਰੋਟੈਸਟ ਕੀਤਾ ਸੀਗਾ ਹਨਾ ਉਸ ਤੋਂ ਪਹਿਲਾਂ ਇੱਕ ਦੋ ਹੋਰ ਮੁੱਦੇ ਆਪਾਂ ਨੇ ਜਿਹੜੇ ਕੀਤੇ ਨੇ ਉਹ ਵਾਇਰਲ ਹੋ ਕੇ ਸੋਸ਼ਲ ਮੀਡੀਆ ਤੇ ਸਰਕਾਰ ਤੱਕ ਪਹੁੰਚ ਜਾਂਦੇ ਨੇ ਤੇ ਉਹਨਾਂ ਦਾ ਹੱਲ ਹੋ ਵੀ ਰਿਹਾ ਜਿਵੇਂ ਲੱਖੇ ਸਿਧਾਨੇ ਨੇ ਪਿੱਛੇ ਜੇ ਡੋਮਿਸਾਈਲ ਵਾਲਾ ਮੁੱਦਾ ਚੁੱਕਿਆ ਤੇ ਉਹ ਡੋਮਿਸਾਈਲ ਹੁਣ ਲਾਗੂ ਹੋ ਵੀ ਰਿਹਾ ਹੈ ਕਿ ਕਈ ਪੋਸਟਾਂ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਠੀਕ ਹੈ ਜੀ ਮਹਣੋ ਟ੍ਰਿਪਲ ਐਸਬੀ ਵਾਲੀ ਪੋਸਟ ਹੈ ਦੇ ਵਿੱਚ ਡੋਮਿਸਾਈਲ ਦਾ ਮੰਗਿਆ ਇਹਨਾਂ ਨੇ ਸੋ ਐਦਾਂ ਆਪਾਂ ਨੂੰ ਪ੍ਰੋਟੈਸਟ ਕਰਨ ਦੀ ਲੋੜ ਪਊਗੀ ਕਿਉਂਕਿ ਇਹ ਪੋਸਟਾਂ ਦੋਸਤੋ ਆਪਾਂ ਨੇ ਹੀ ਲੈਣੀਆਂ ਨੇ ਠੀਕ ਹੈ ਆਪਾਂ ਹੀ ਐਸਪੀਰੈਂਟ ਆ ਸਾਰੇ ਜਾਣੇ ਸੋ ਕਿਤੇ ਨਾ ਕਿਤੇ ਲੋੜ ਆ ਯਾਰ ਠੀਕ ਹੈ ਆਪਾਂ ਸਾਰਿਆਂ ਨੂੰ ਮਿਲ ਕੇ ਚੱਲਣ ਦੀ ਬਾਕੀ ਮੇਨ ਫੋਕਸ ਤੇ ਹੀ ਰੱਖੋ ਯਾਰ ਐਵੇਂ ਦੀ ਜਿਹੜੀਆਂ ਨੋਟੀਫਿਕੇਸ਼ਨ ਆਉਂਦੇ ਨੇ ਤੁਸੀਂ ਸਭ ਤੋਂ ਪਹਿਲਾਂ ਨਾ ਵੈਬਸਾਈਟ ਖੋਲ ਕੇ ਦੇਖਿਆ ਕਰੋ ਠੀਕ ਹੈ ਵੈਬਸਾਈਟ ਜੇ ਕੁਛ ਨਹੀਂ ਪਤਾ ਲੱਗਦਾ ਤਾਂ ਤੁਸੀਂ ਮੈਨੂੰ ਪੁੱਛ ਲਿਆ ਕਰੋ ਠੀਕ ਹੈ ਮੈਂ ਸਭ ਵੀਰ ਭਰਾ ਦੇ ਰਿਪਲਾਈ ਕਰਦਾ ਮੈਨੂੰ ਕੱਲ ਇਸ ਰਿਲੇਟਡ ਬਹੁਤ ਕਮੈਂਟ ਵੀ ਆਏ ਸੀਗੇ ਮੈਸੇਜ ਵੀ ਆਏ ਸੀਗੇ ਬੱਚਿਆਂ ਦੇ ਤੇ ਮੈਂ ਸਾਰਿਆਂ ਨੂੰ ਫਿਰ ਇਹੀ ਗੱਲ ਦੱਸੀ ਸੀਗੀ ਵੀ ਇਹ ਭਰਾਓ ਫੇਕ ਆ ਤੁਸੀਂ ਅਫੀਸ਼ੀਅਲ ਵੈਬਸਾਈਟ ਖੋਲ ਕੇ ਦੇਖਿਆ ਕਰੋ ਠੀਕ ਹੈ ਸੋ ਬਾਕੀ ਦੋਸਤੋ ਮਿਲਾਂਗੇ ਅਗਲੀ ਵੀਡੀਓ ਵਿੱਚ ਤੁਹਾਡੇ ਮੈਨੂੰ ਮੈਸੇਜਾਂ ਦਾ ਇੰਤਜ਼ਾਰ ਰਹਿੰਦਾ ਠੀਕ ਹੈ ਤੇ ਮਿਲਾਂਗੇ ਅਗਲੀ ਵੀਡੀਓ ਚ ਅਗਲੇ ਅਪਡੇਟ ਵਿੱਚ ਤਦ ਤੱਕ ਲਈ ਦੋ ਜਾਸਤ ਧੰਨਵਾਦ ਜੀ